ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਦੇ ਸੂਬਾ ਸਕੱਤਰ ਜੁਆਇੰਟ ਸਕੱਤਰ ਸਰਦਾਰ ਪਰਵਿੰਦਰ ਸਿੰਘ ਧੂੜ ਪੰਜਾਬ ਤੋਂ, ਜਿਹੜੇ ਕਿ ਇੱਥੇ ਹਰਿਆਣੇ ਦੇ ਵਿੱਚ ਆਪਣੀ ਚੋਣ ਅਪੀਲ ਕਰਨ ਆਏ ਨੇ ਭਵਾਨੀ ਤੋਂ ਅਤੇ ਪਿੰਡ ਅਜੀਤਪੁਰਾ ਦੇ ਵਿੱਚ। ਕੀ ਕਹਿਣਾ ਚਾਹੁੰਦੇ ਜੀ? ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਜੈ ਸ਼੍ਰੀ ਰਾਮ। ਗੱਲ ਇਹ ਹੈ ਕਿ ਲੋਕ ਇੱਥੇ ਵੀ ਬਦਲਾਅ ਚਾਹੁੰਦੇ ਨੇ ਜੀ ਜੀ, ਪਰ ਕਈ ਗੱਲਾਂ ਨੇ ਜਿਹਦੇ ਕਰਕੇ ਕਈ ਥਾਈਂ 'ਤੇ ਸੰਗਠਨ ਦੀ ਕਮੀ ਆ, ਪਰ ਲੋਕਾਂ ਦੇ ਵਿੱਚ ਫਿਰ ਵੀ ਉਤਸ਼ਾਹ ਬਹੁਤ ਹੈ। ਲੋਕ ਚਾਹੁੰਦੇ ਨੇ ਕਿ ਜਿਹੜਾ ਸਿਸਟਮ ਅੱਜ ਚੱਲਿਆ ਆ ਰਿਹਾ ਲੁੱਟ ਘਸੁੱਟ ਦਾ, ਉਹ ਤੋਂ ਬਚਿਆ ਜਾਵੇ। ਮੈਨੂੰ ਲੱਗਦਾ ਕਿ ਐਤਕੀ ਲੋਕ ਜਿਹੜੇ ਬਿਲਕੁਲ ਮਨ ਬਣਾਈ ਰੱਖਦੇ ਨੇ, ਇੱਥੋਂ ਜਿਹੜੇ ਸਾਡੇ ਕੈਂਡੀਡੇਟ ਨੇ ਉਹਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ। ਤੁਹਾਨੂੰ ਕੀ ਲੱਗਦਾ ਜੀ, ਤੁਸੀਂ ਜੀਤਪੁਰ ਦੇ ਹੋ ਅਤੇ ਕਿੱਦਾਂ ਦੀ ਪੁਜੀਸ਼ਨ ਹੈ ਆਹ ਪਾਰਟੀ? ਪੁਜੀਸ਼ਨ 300 ਵੋਟ ਹੈ ਜੀ। ਹਾਂਜੀ, ਪੱਕਾ ਹੈ। ਉਨਮੇਂ ਸੇ ਕੁਛ ਬੜ ਸਕਤੇ ਹੈ, ਘਟੇਂਗੇ ਨਹੀਂ। ਕੀ ਕਹਿਣਾ ਚਾਹੁੰਦੇ ਸਰ? ਆਮ ਆਦਮੀ ਪਾਰਟੀ ਅੱਛਾ ਕਾਰਿਆ ਕਰ ਰਹੀ ਹੈ ਔਰ ਰਾਜਸਥਾਨ ਗਾਓ ਮੇਂ ਔਰ ਭਿਵਾਨੀ ਹਲਕੇ ਕੇ ਅੰਦਰ ਅੱਛੀ ਪੋਜੀਸ਼ਨ ਹੈ। ਆਗੇ ਭਵਿਸ਼ਯ ਕੇ ਅੰਦਰ ਆਮ ਆਦਮੀ ਪਾਰਟੀ ਕਾ ਸਕੋਪ ਹੈ ਹਰਿਆਣਾ ਕੇ ਅੰਦਰ। ਯੇ ਜੈਸਾ ਕਾਮ ਮਤਲਬ SYL ਵਾਲਾ ਮੁੱਦਾ ਔਰ ਵੋ ਦੋਨੋਂ ਹਰਿਆਣਾ ਸਰਕਾਰ ਔਰ ਪੰਜਾਬ ਸਰਕਾਰ ਬੈਠ ਕੇ ਸੁਲਝਾਏਗੀ ਤੋ ਆਗੇ ਆਮ ਆਦਮੀ ਪਾਰਟੀ ਜ਼ਰੂਰ ਸੇ ਜ਼ਰੂਰ ਆਏਗੀ। ਟੋਰ ਸਾਹਿਬ, ਅੱਜ ਤੁਸੀਂ ਕਿਹੜੇ ਕੰਮ ਇੱਥੇ ਆਏ ਹੋ ਜੀਤਪੁਰ? ਦੇਖੋ ਜੀ, ਆਪਣੀ ਇੱਥੇ ਡਿਊਟੀ ਲੱਗੀ ਪਈ ਆ ਭਵਾਨੀ ਦੇ ਲੋਕ ਸਭਾ ਹਲਕਾ ਭਵਾਨੀ ਦੇ ਵਿੱਚ ਅਤੇ ਵਿਧਾਨ ਭਵਾਨੀ ਲੋਕ ਸਭਾ ਦੀ ਭਵਾਨੀ ਜਿਹੜੀ ਵਿਧਾਨ ਸਭਾ ਦੇ ਵਿੱਚ ਜੀ ਲੱਗੀ ਪਈ, ਉਹਦੇ ਵਿੱਚ ਆ ਪਿੰਡ ਅਜੀਤਪੁਰ ਅਸੀਂ ਆਏ ਹਾਂ ਜਿਹੜੀ, ਜਿਸ ਕਰਕੇ ਅਸੀਂ ਇੱਥੇ ਰੁਕੇ ਹਾਂ ਜੀ ਜੀ। ਉਹ ਇਹ ਹੈ ਕਿ ਤੁਸੀਂ ਦੇਖੋਗੇ ਪਿੰਡ ਜਿੰਨੇ ਵੀ ਆ ਸਾਰੇ ਅਸੀਂ ਪਿੰਡ ਘੁੰਮੇ, ਉਹਨਾਂ ਦੇ ਵਿੱਚ ਪ੍ਰੋਪਰ ਪੰਚਾਇਤ ਕਿਹੜੀ ਹੈ, ਉਹਦੇ ਪ੍ਰੋਪਰ ਸਾਈਨ ਬੋਰਡ ਕੀ ਹੈ, ਸਾਰਾ ਕੁਛ ਲੱਗੇ। ਮੈਂ ਪੰਜਾਬ ਵਿੱਚ ਕਿਤੇ ਲਿਖਿਆ ਦੇਖਿਆ ਕਿ ਪਿੰਡ ਦੇ ਵਿੱਚ ਕੌਣ ਪੰਚ ਆ, ਕੌਣ ਸਰਪੰਚ ਆ, ਕੀ ਹੈ ਉਹਦੇ ਬਾਰੇ, ਠੀਕ ਹੈ ਜੀ। ਆਹ ਦੇਖੋ ਪੰਚ ਦੇ ਸਾਰੇ ਵਾਰਡ ਸਾਰਾ ਕੁਛ ਲਿਖਿਆ ਹੋਇਆ, ਠੀਕ ਹੈ। ਗੁਰੂ ਰਾਮ ਕਾ ਅਜੀਤ ਆਪਕਾ ਸਵਾਗਤ ਕਰਤੀ, ਇਹ ਨਹੀਂ ਇਕੱਲਾ, ਉੱਧਰ ਵੀ ਦਿਖਾ ਦਿਓ ਸਾਈਨ ਲੱਗਿਆ ਹੋਇਆ।